ਭਾਜੀ ਗੱਲ ਕਰੀਏ ਫੈਨ ਫੋਲੋਇੰਗ ਦੀ, ਜਿਵੇਂ ਪੰਜਾਬ ਦੀ ਫੈਨ ਫੋਲੋਇੰਗ ਆ, ਇੱਥੇ ਕੁਝ ਸਿੰਗਰਸ ਨੇ ਜਿਨ੍ਹਾਂ ਦੀ ਕੱਟੜ ਫੈਨ ਫੋਲੋਇੰਗ ਹੈ, ਜੋ ਉਹਨਾਂ ਦੀ ਕੋਈ ਮੂਵੀ ਰਿਲੀਜ਼ ਹੁੰਦੀ ਹੈ, ਮੂਵੀ ਵਧੀਆ ਹੋਵੇ ਜਾਂ ਨਾ ਹੋਵੇ, ਬਹੁਤ ਉਹਨਾਂ ਦਾ ਇਹ ਕਹਿਣਾ ਜੀ ਮੂਵੀ ਜੇ ਬਾਈ ਦੀ ਹੈ ਤਾਂ ਬਾਈ ਦੀ ਮੂਵੀ ਤਾਂ ਹਿੱਟ ਹੀ ਹੋਣੀ, ਠੀਕ ਹੈ। ਜੇ ਆਪਾਂ ਉਹਨਾਂ ਵਿੱਚੋਂ ਐਗਜ਼ਾਮਪਲ ਲਈਏ ਬੱਬੂ ਮਾਨ, ਜੇ ਬੱਬੂ ਮਾਨ ਲਈ ਜੇ ਮੌਕਾ ਮਿਲੇ ਤੁਹਾਨੂੰ ਕਦੇ ਰੈਪ ਕਰਨ ਦਾ, ਤੁਸੀਂ ਕਰੋਗੇ? ਭਾਜੀ ਜ਼ਰੂਰ ਕਰਾਂਗਾ ਮੈਂ। ਮੈਨੂੰ ਮਤਲਬ ਕੌਣ ਨਹੀਂ ਹੈ ਜਿਹੜਾ ਬੱਬੂ ਮਾਨ ਦਾ ਫੈਨ ਨਹੀਂ ਹੈ, ਨੋਟ ਓਨਲੀ ਦੀ ਸਿੰਗਰ ਬਟ ਦ ਪਰਸਨ ਹਿਮਸੈਲਫ, ਜਿੱਦਾਂ ਦੇ ਉਹ ਪਰਸਨੈਲਿਟੀ ਨੇ, ਆਈ ਥਿੰਕ ਹੀ ਇਜ਼ ਵੈਰੀ ਸਟਰੇਟ ਫਾਰਵਰਡ। ਆਈ ਥਿੰਕ ਜਿਹੜਾ ਕੁਛ ਉਹਨਾਂ ਦੇ ਦਿਲ 'ਚ ਹੈ ਉਹੀ ਜ਼ਬਾਨ 'ਤੇ, ਅਤੇ ਹੀ ਇਜ਼ ਵੈਰੀ ਲਵਡ ਐਂਡ ਉਹ ਪਿਆਰ ਰੈਸੀਪ੍ਰੋਕੇਟ ਵੀ ਹੁੰਦਾ, ਉਹ ਵੀ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਨੇ। ਇਟ ਵਿਲ ਬੀ ਐਨ ਓਨਰ, ਮਤਲਬ ਆਈ ਥਿੰਕ ਆਈ ਐਮ ਅ ਬੱਬੂ ਮਾਨ ਫੈਨ, ਮੇਰੀ ਫੈਮਿਲੀ 'ਚ ਬਹੁਤ ਲੋਕ ਬੱਬੂ ਮਾਨ ਜੀ ਦੇ ਫੈਨ ਨੇ, ਅਤੇ ਇਹ ਤਾਂ ਬਹੁਤ ਵੱਡੀ ਗੱਲ ਹੋਏਗੀ ਮੇਰੇ ਵਾਸਤੇ। ਮਤਲਬ ਦੈਨਿਕ ਸਵੇਰਾ ਦਾ ਖੁਲਾਸਾ ਹੋ ਰਿਹਾ ਕਿ ਸ਼ਾਹਰੁਖ ਖਾਨ ਦੇ ਨਾਲ ਨਾਲ ਤੁਸੀਂ ਬੱਬੂ ਮਾਨ ਦੇ ਵੀ ਵੱਡੇ ਫੈਨ। ਹਾਂਜੀ ਬਿਲਕੁਲ ਬਿਲਕੁਲ, ਠੀਕ ਹੈ। ਤੇ ਬੱਬੂ ਮਾਨ ਗੁਰਦਾਸ ਮਾਨ? ਵਾਹ ਜੀ ਵਾਹ, ਗੁਰਦਾਸ ਮਾਨ ਜੀ ਵੀ। ਅਤੇ ਆਪਾਂ ਫਿਰ ਗੱਲ ਕਰੀਏ ਭਾਅ ਜੀ ਜਿਹੜੇ ਨਵੇਂ ਸਿੰਗਰਸ ਆ ਰਹੇ ਨੇ,